ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਕਰਦਾ ਸਾਰੇ ਵਧੀਆ ਹੋਣਗੇ ਜੀ। ਅਤੇ ਅੱਜ ਕਜ਼ਨ ਕਹਿ ਰਿਹਾ ਜੀ ਚੱਲੀਏ ਜੀ ਕੋਈ ਪੀਜ਼ਾ ਸ਼ੀਜ਼ਾ ਖਾ ਕੇ ਆਈਏ, ਅਤੇ ਉਹਨਾਂ ਦੇ ਨਾਲ ਜਾ ਰਿਹਾ ਜੀ। ਮੈਂ ਕਿਹਾ ਧਰਨਾ ਚਲੋ ਵੀਡੀਓ ਸ਼ੀਡੀਓ ਵੀ ਸ਼ੇਅਰ ਕਰ ਲੈਂਦੇ ਹਾਂ। ਕਿੰਨੇ ਦਿਨ ਹੋ ਗਏ ਕਿ ਬਲੌਗ ਨਹੀਂ ਚਾੜਿਆ, ਅਤੇ ਭਾਈ ਦੀ ਵੀਡੀਓ ਅੱਛੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਨਾਲ ਬੈੱਲ ਆਈਕੋਨ ਦੱਬ ਦਿਓ। ਅਤੇ ਚੱਲਦੇ ਹਾਂ ਜੀ, ਅਸੀਂ ਜਾ ਰਹੇ ਜੀ ਚੀਚਾ ਵਤਨੀ, ਅਤੇ ਉੱਥੋਂ ਜਾ ਕੇ ਪੀਜ਼ਾ ਪੁਜ਼ਾ ਜਿੱਥੋਂ ਵੀ ਸਹੀ ਲੱਗਦਾ ਖਾਂਦੇ ਹਾਂ, ਅਤੇ ਧਰਨਾ ਸ਼ੇਅਰ ਕਰਦੇ ਹਾਂ ਜੀ। ਅਸੀਂ ਜਾ ਰਹੇ ਹਾਂ ਜੀ, ਹੁਣ ਪਿੰਡੋਂ ਨਿਕਲ ਰਹੇ ਹਾਂ ਜੀ। ਵੇਖੋ ਮੱਝਾਂ ਮੁੱਝਾਂ ਪਿੰਡ ਦਾ, ਮੈਂ ਕਿਹਾ ਚਲੋ ਤੁਹਾਨੂੰ ਮਾਹੌਲ ਵਿਖਾ ਦਈਏ। ਕਈ ਸ਼ਹਿਰੀ ਬੱਚੇ ਹੁੰਦੇ, ਉਹਨਾਂ ਨੂੰ ਪਿੰਡ ਦੇ ਬਾਰੇ ਪਤਾ ਨਹੀਂ ਹੁੰਦਾ ਕਿ ਪਿੰਡਾਂ ਦਾ ਕੀ ਮਾਹੌਲ ਸ਼ੋਲ ਆ। ਮੈਂ ਕਿਹਾ ਚਲੋ ਉਹ ਵੀ ਤੁਹਾਨੂੰ ਵਿਖਾ ਦਿੰਦੇ ਹਾਂ ਜੀ। ਆ ਸ਼ਹਿਰ ਜਾ ਰਹੇ ਹਾਂ ਜੀ, ਜਾ ਕੇ ਪੀਜ਼ਾ ਸ਼ੀਜ਼ਾ ਖਾਂਦੇ ਹਾਂ, ਅਤੇ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਦੇ ਹਾਂ ਜੀ। ਲਓ ਜੀ, ਅਸੀਂ ਸ਼ਹਿਰ ਪਹੁੰਚ ਚੱਲੇ ਹਾਂ ਜੀ। ਵੇਖੋ ਚੀਚਾ ਤਨੀ ਦਾ ਬਣਿਆ ਹੋਇਆ ਜੀ ਮੋਨੋਗ੍ਰਾਮ ਜਿਹਾ, ਮੈਂ ਕਿਹਾ ਤੁਹਾਨੂੰ ਸ਼ੇਅਰ ਕਰ ਦਿੰਦੇ ਹਾਂ ਜੀ। ਜਿਹੜੇ ਬੰਦੇ ਚੀਚਾ ਤਨੀ ਨਹੀਂ ਆਏ ਉਹਨਾਂ ਨੂੰ ਪਤਾ ਲੱਗ ਜਾਏਗਾ। ਸ਼ਹਿਰ ਪਹੁੰਚ ਗਏ ਹਾਂ ਜੀ। ਪਾਪਾ ਚੀਨੋ ਆ ਜੀ, ਇੱਥੋਂ ਜਾ ਕੇ ਵੇਖਦੇ ਆ ਵਧੀਆ ਸ਼ਹਿਰ ਲੱਭਦੀ ਆ ਜੀ, ਤਾਂ ਵੀ ਤੁਹਾਨੂੰ ਸ਼ੇਅਰ ਕਰ ਦਿੰਦਾ। ਇਹ ਆ ਗਿਆ ਜੀ ਡਿਲੀਸ਼ੀਅਸ ਪੀਜ਼ਾ। ਆਪਾਂ ਕਦੇ ਉਹ ਤੋਂ ਡੋਮੀਨੋਸ ਤੋਂ ਜਦੋਂ ਤੂੰ ਆਇਆ ਸੀ ਕਰ ਲਾ।